फगवाड़ा दे गांधी चौंक तो वख-वख एसोसीएशनां ने इकट्ठे हो के दिल्ली विच अपनी लड़ाई लड़ रहे तीन किसानां दे शहीद होने ते वख-वख एसोसीएशनां वल्लों कैंडल मार्च कढ़िया गया। गांधी चौंक तो शुरू हो बंसावाला बाजार, गौशाला बाजार, सिनेमा रोड ते होर बाजारां च पैदल चल कढ़िया गया कैंडल मार्च। इस मौके मशहूर गायक फिरोज खान, बूटा मोहम्मद ने भी कैंडल मार्च च अपना सहयोग दिता। वतन की राहें तो गुलशन बत्रा नाल पवन पिंका की रिपोर्ट। ਸਵਰਨਕਾਰ ਸੰਘ ਫਗਵਾੜਾ ਸੋ ਅੱਜ ਜੂਲਰ ਐਸੋਸੀਏਸ਼ਨ ਸਾਰੇ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਕੈਂਡਲ ਮਾਰਚ ਅਸੀਂ ਕੱਢ ਰਹੇ ਹਾਂ। ਸੋ ਮੈਂ ਆਸੇ ਕਰਦਾ ਹਾਂ, ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੁੰਗਾਰਾ ਭਰਨਾ ਚਾਹੁੰਦਾ ਵੀ ਸਾਰੇ ਅਰਦਾਸ ਕਰਨ ਕਿ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਕਿਸਾਨ ਲੜਾਈ ਲੜ ਰਹੇ ਨੇ ਅਸੀਂ ਸਾਰੇ ਹੀ ਜੂਲਰ ਐਸੋਸੀਏਸ਼ਨ ਸਾਰੀ ਐਸੋਸੀਏਸ਼ਨਾਂ ਉਹਨਾਂ ਦੇ ਹੱਕ ਦੇ ਵਿੱਚ ਖੜੀਆਂ ਹਨ। ਜੈ ਹਿੰਦ, ਕਿਸਾਨ ਏਕਤਾ ਜ਼ਿੰਦਾਬਾਦ। ਕਿਸਾਨ ਏਕਤਾ ਜ਼ਿੰਦਾਬਾਦ। ਹਾਂਜੀ ਬੂਟਾ ਜੀ, ਭਾਜੀ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੈਂਡਲ ਮਾਰਚ, ਇਹਦੇ ਬਾਰੇ ਅੱਜ ਜਿਹੜਾ ਅੰਦੋਲਨ, ਮਤਲਬ ਅੱਜ 10ਵਾਂ ਦਿਨ ਹੋ ਗਿਆ ਆ ਅੰਦੋਲਨ, ਮਜ਼ਦੂਰ ਕਿਸਾਨ ਏਕਤਾ ਵੱਲੋਂ ਜਿਹੜਾ ਅੰਦੋਲਨ ਚੱਲਦਾ ਅਤੇ ਦਿੱਲੀ ਪਹੁੰਚੇ ਹੋਏ ਨੇ ਕਿਸਾਨ ਸਾਰੇ, ਅਸੀਂ ਉਹਨਾਂ ਦੇ ਹਿੱਤ ਵਿੱਚ ਹੈ ਔਰ ਅਸੀਂ ਪੂਰੇ ਪੰਜਾਬ ਦੇ ਵਿੱਚ ਵੀ ਵੱਖ ਵੱਖ ਜਗ੍ਹਾ 'ਤੇ ਜਾ ਕੇ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਾਮਲ ਸ਼ਮੂਲੀਅਤ ਕੀਤੀ ਹੈ ਸਾਰੇ ਕਲਾਕਾਰਾਂ ਵੱਲੋਂ, ਔਰ ਹੁਣ ਵੀ ਅਸੀਂ ਪੂਰੇ ਭਾਈਚਾਰੇ ਦੇ ਨਾਲ ਆਪਣੇ ਪੂਰੇ ਕਲਾਕਾਰ ਭਾਈਚਾਰਾ, ਪੂਰੇ ਵਪਾਰੀ ਭਾਈਚਾਰਾ ਔਰ ਹਰ ਵਰਗ ਦਾ ਜਿਹੜੇ ਲੋਕ ਹੈ ਉਹ ਇਸ ਕੈਂਡਲ ਮਾਰਚ ਦੇ ਵਿੱਚ ਇਸ ਕਰਕੇ ਆਏ ਆ ਕਿ ਸਾਡਾ ਜਿਹੜਾ ਰੋਸ ਹੈ ਉਹ ਬਿਲਕੁਲ ਵਾਜਬ ਹੈ। ਰੋਸ ਕੀ ਹੈ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਲਈ ਸਰਕਾਰ ਗੌਰ ਕਰੇ ਔਰ ਜਿਹੜੇ ਇਹ ਤਿੰਨ ਬਿੱਲ ਪਾਸ ਹੋਏ ਆ ਇਹਨਾਂ ਨੂੰ ਖਾਰਜ ਕੀਤਾ ਜਾਵੇ, ਇਹੀ ਸਾਡੀ ਮੰਗ ਹੈ, ਇਹੀ ਸਾਡੀ ਦਰਿਆਫਤ ਆ ਔਰ ਆਸ ਕਰਦੇ ਹਾਂ ਕਿ ਸਰਕਾਰ ਸਾਡੀ ਇਸ ਗੁਜ਼ਾਰਿਸ਼ ਨੂੰ ਜ਼ਰੂਰ ਮੰਨੇਗੀ ਔਰ ਇਹ ਬਿੱਲ ਜਿਹੜੇ ਆ ਖਾਰਜ ਕੀਤੇ ਜਾਣਗੇ। ਸਮਾਂ ਚੱਲ ਰਿਹਾ ਹੈ, ਉਸਦੀ ਵਜ੍ਹਾ ਸੇ ਸਾਰੇ ਲੋਕ ਦਿੱਕਤ ਦੇ ਹੈ, ਪੂਰਾ ਦੇਸ਼ ਦਿੱਕਤ ਦੇ ਹੈ। ਜੋ ਆਜ ਕੀ ਬਾਤ ਹੈ, ਕਿਸਾਨ ਅੰਨਦਾਤਾ ਜੋ ਹਮਾਰਾ ਰੇਟ ਪਾਲਤਾ ਹੈ, ਨਾ ਸਰਦੀ ਦੇਖਦਾ ਨਾ ਗਰਮੀ ਦੇਖਦਾ ਹੈ, ਮਿਹਨਤ ਕਰਕੇ ਜੋ ਫਸਲ ਉਗਾਈ ਜਾਂਦੀ ਹੈ ਪੂਰੇ ਦੇਸ਼ ਹੀ ਨਹੀਂ ਪੂਰੇ ਵਰਲਡ ਮੇਂ ਬਾਂਟੀ ਜਾਤੀ ਹੈ। ਅਗਰ ਵਹੀ ਦੁਖੀ ਹੈ ਤੋ ਹਮ ਕੈਸੇ ਖੁਸ਼ ਹੋ ਸਕਤੇ ਹੈ, ਸਾਰੀ ਦੁਨੀਆ ਕੈਸੇ ਖੁਸ਼ ਹੋ ਸਕਤੀ ਹੈ। ਪੂਰੇ ਇੰਡੀਆ ਕਾ ਅਗਰ ਕਿਸੇ ਦੇਸ਼ ਕੋ ਖੁਸ਼ਹਾਲ ਦੇਖਣਾ ਹੋ ਤੋ ਉਸਕਾ ਅੰਨਦਾਤਾ, ਉਸਕਾ ਕਿਸਾਨ ਖੁਸ਼ ਹੋਣਾ ਚਾਹੀਏ। ਸ਼ੂ ਮਰਚੈਂਟ ਹਰਿਆਣਾ ਯੂਨੀਅਨ ਸਾਰਿਆਂ ਵੱਲੋਂ ਅੱਜ ਸਾਰੀਆਂ ਜਥੇਬੰਦੀਆਂ ਨਾਲ ਰਲ ਕੇ ਅੱਜ ਜਿਹੜੇ ਸਾਡੇ ਤਿੰਨ ਕਿਸਾਨ ਭਰਾ ਉੱਤੇ ਸ਼ਹੀਦ ਹੋਏ ਆ ਉਹਨਾਂ ਦੇ ਪਹਿਲਾਂ ਅਸੀਂ ਇੱਥੇ ਕੈਂਡਲ ਮਾਰਚ ਉਹਨਾਂ ਦੇ ਰੋਸ ਕਰ ਰਹੇ ਹਾਂ। ਅੱਜ ਸਾਰੇ ਕਲਾਕਾਰ ਭਰਾ ਸਾਡੇ ਜਿਹੜੇ ਵਰਲਡ ਵਾਈਡ ਕਲਾਕਾਰ ਉਹ ਵੀ ਅੱਜ ਇੱਥੇ ਪਹੁੰਚੇ ਆ, ਉਹ ਵੀ ਅੱਜ ਇਸ ਰੋਸ ਦੇ ਵਿੱਚ ਸ਼ਾਮਿਲ ਹੋਏ ਆ। ਅਸੀਂ ਜਿਹੜਾ ਕਾਲਾ ਕਾਨੂੰਨ ਸੈਂਟਰ ਸਰਕਾਰ ਨੇ ਪਾਸ ਕੀਤਾ ਆ, ਅਸੀਂ ਸਰਕਾਰਾਂ ਤੋਂ ਇਹ ਡਿਮਾਂਡ ਮੰਗ ਕਰਦੇ ਨੇ ਜਲਦੀ ਤੋਂ ਜਲਦੀ ਇਹ ਵਾਪਸ ਲਿਆ ਜਾਵੇ ਜਿਹਦੇ ਨਾਲ ਕਿਸਾਨ ਭਾਈਚਾਰੇ ਦੇ ਵਿੱਚ ਪਹਿਲੇ ਵਾਂਗ ਖੁਸ਼ਹਾਲੀ ਆਵੇ, ਕਿਉਂਕਿ ਕਾਰੋਬਾਰ ਦੇ ਵਿੱਚ ਕਿਸਾਨ ਭਾਈ ਦਾ ਬਹੁਤ ਯੋਗਦਾਨ ਹੈ, ਉਸ ਤੋਂ ਬਿਨਾਂ ਕੋਈ ਕਾਰੋਬਾਰ ਨਹੀਂ ਚੱਲਣਗੇ। ਔਰ ਅੱਜ ਅਸੀਂ ਪੂਰੇ ਸ਼ਹਿਰ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਇਹ ਰੋਸ ਮਾਰਚ, ਇਹ ਕੈਂਡਲ ਮਾਰਚ ਕੱਢ ਰਹੇ ਹਾਂ। ਜੋ ਕਿਸਾਨਾਂ ਦੇ ਖੇਤੀ ਬਿੱਲਾਂ ਦੇ ਕਾਲੇ ਕਾਨੂੰਨ ਕੀਤੇ ਰੱਦ ਕਰਨ ਦੇ ਤੱਕ ਜਦ ਤੱਕ ਇਹ ਕਿਸਾਨਾਂ ਦਾ ਸੰਘਰਸ਼ ਨਹੀਂ ਖਤਮ ਹੁੰਦਾ, ਫਗਵਾੜਾ ਦੇ ਸਾਰੀ ਸੰਗਤ ਚਾਹੇ ਉਹ ਕਿਸੇ ਵੀ ਧਾਰਮਿਕ ਜਥੇਬੰਦੀ ਹੈ, ਚਾਹੇ ਉਹ ਵਪਾਰਕ ਜਥੇਬੰਦੀ ਹੈ, ਚਾਹੇ ਉਹ ਸਿਆਸੀ ਜਥੇਬੰਦੀਆਂ ਹਨ, ਉਹ ਸਾਰੀਆਂ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜੀਆਂ ਹਨ। ਕਿਸਾਨਾਂ ਦੇ ਲਈ ਹਰ ਸੰਘਰਸ਼ ਦੇ ਵਿੱਚ ਫਗਵਾੜਾ ਨਿਵਾਸੀ ਜਦੋਂ ਵੀ ਉਹ ਕਹਿਣਗੇ ਸਾਰੇ ਸਾਥ ਦੇਣਗੇ। ਪਹਿਲਾਂ ਅੱਜ ਸਾਰਾ ਇਹ ਮਾਰਚ ਜਿਹਦੇ ਵਿੱਚ ਗਾਇਕ ਵੀ ਹੈਗੇ ਆ, ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਹੈਗੇ ਆ, ਸ਼ਹਿਰ ਦੀਆਂ ਵੱਖ ਵੱਖ ਵਪਾਰਕ ਜਿਹੜੀਆਂ ਉਹਦੇ ਪ੍ਰਧਾਨ ਹੈਗੇ ਆ, ਕੈਮਿਸਟ ਐਸੋਸੀਏਸ਼ਨਾਂ ਦੇ ਪ੍ਰਧਾਨ ਹੈ, ਜਿਹੜੇ ਤਾਂ ਪਹਿਲਾਂ ਸਭ ਤੋਂ ਅਸੀਂ ਇੱਥੋਂ ਸਟਾਰਟ ਕਰਨ ਲੱਗੇ ਹਾਂ। ਜਿਹੜੇ ਤਿੰਨ ਸ਼ਹੀਦ ਸਾਡੇ ਕਿਸਾਨ ਇਸ ਸੰਘਰਸ਼ ਦੇ ਵਿੱਚ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਇੱਕ ਕੈਂਡਲ ਮਾਰਚ ਕੱਢਣ ਲੱਗੇ ਹਾਂ, ਅਤੇ ਇਹਦੇ ਵਿੱਚ ਹੀ ਅਸੀਂ ਸਾਰੇ ਫਗਵਾੜਾ ਨਿਵਾਸੀਆਂ ਵੱਲੋਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਸੰਘਰਸ਼ ਦੇ ਵਿੱਚ ਸਾਥ ਦਿਓ, ਇਕੱਲਾ ਕਿਸਾਨੀ ਦਾ ਨਹੀਂ, ਇਹ ਸਾਡਾ ਸਾਰਿਆਂ ਦਾ ਮਸਲਾ ਹੈ। ਜੈ ਹਿੰਦ।
कैंडल मार्च किस गल के ਜਿਹੜੇ ਕਿਸਾਨ ਮਾਰੂ ਬਿੱਲ ਕੇਂਦਰ ਸਰਕਾਰ ਨੇ ਬਿੱਲ ਪਾਸ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਦੀ ਖਾਤਰ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਜੋ ਕਿ ਸਾਰੇ ਭਾਰਤ ਵਿੱਚ ਛੱਡ ਕੇ ਸਾਰੇ ਵਸ਼ਤੀ ਦੁਨੀਆ ਵਿੱਚ ਹੀ ਇਹ ਕੱਢੇ ਜਾਣਗੇ ਉਹ ਜਿੰਨਾ ਚਿਰ ਕਾਲੇ ਕਾਨੂੰਨ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਉਨਾ ਚਿਰ ਜਿੰਨਾ ਮਰਜ਼ੀ ਲੰਬਾ ਸੰਘਰਸ਼ ਚੱਲੇ ਸੰਘਰਸ਼ ਦੇ ਵਿੱਚ ਹਰ ਹਿੰਦੂ ਹਰ ਸਿੱਖ ਹਰ ਮੁਸਲਮਾਨ ਵੀਰ ਇਕੱਠੇ ਹੋ ਕੇ ਕੰਮ ਕਰਨ ਤਿਆਰ ਆ ਚਾਹੇ ਉਹਨਾਂ ਦੀ ਮਾਲੀ ਮਦਦ ਹੋਵੇ ਤਾਂ ਚਾਹੇ ਉਹਨਾਂ ਦੀ ਖਾਣ ਪੀਣ ਦਾ ਪ੍ਰਬੰਧ ਹੋਵੇ ਹਰ ਬੰਦਾ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਆ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇਣਗੀ ਸਾਰੀ ਦੁਨੀਆ ਔਰ ਇਹ ਕਾਲੇ ਕਾਨੂੰਨ ਜਿਹੜੇ ਆਏ ਆ ਇਹ ਇੱਕ ਗੱਲੋਂ ਸਾਰੇ ਹਿੰਦੁਸਤਾਨ ਲਈ ਵਧੀਆ ਕਿ ਜਿਹੜਾ ਸਾਰਾ ਹਿੰਦੁਸਤਾਨ ਮੁੜ ਕੇ ਇਕਮੁੱਠ ਹੋ ਗਿਆ ਜਿਹੜਾ ਕਿ ਇਹਨਾਂ ਲੋਕਾਂ ਨੇ ਵੰਡਿਆ ਸੀ ਉਹ ਇਸ ਕਾਨੂੰਨ ਤੋਂ ਇਹਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਵੀ ਜਦੋਂ ਅਸੀਂ ਜਨਤਾ 'ਤੇ ਕੋਈ ਤੋਹਫਾ ਲਾਵਾਂਗੇ ਤਾਂ ਜਨਤਾ ਵੀ ਇਕੱਠੀ ਹੋਊਗੀ ਸਾਡੀ ਵਿਰੋਧਤਾ ਕਰੂਗੀ ਅਤੇ ਕੈਂਡਲ ਮਾਰਚ ਕਿੱਦਾਂ ਨੂੰ ਜਾਣਾ ਜੀ ਇਹ ਬੰਸਾ ਬਾਜ਼ਾਰ ਦੇ ਵਿੱਚ ਹੀ ਹੁੰਦਾ ਹੋਇਆ ਗੋਸ਼ਾਲਾ ਰੋਡ ਤਾਂ ਉਦੋਂ ਬਾਅਦ ਨਾਈਆਂ ਚੌਂਕੀ ਹੁੰਦਾ ਹੋਇਆ ਬਾਬਾ ਗਾਂਧੀ ਚੌਂਕ